ਬੰਦਾ ਮਾਵਾਂ ਭੈਣਾਂ ਧੀਆਂ ਹਰ ਜਾਤ ਨਹੀਂ ਗਿਣ ਵੈਂਦਾ, ਬੰਦਾ ਮਾਵਾਂ ਭੈਣਾਂ ਉੱਥਾਂ ਗਿਣ ਵੈਂਦਾ ਹੈ ਜਿੱਥੋਂ ਨਿਭਦੀ ਨਾ ਹੋਵੇ। ਸਾਡੀ ਹੁਸੈਨ ਦੇ ਬਗੈਰ ਨਹੀਂ ਨਿਭਦੀ। ਪਰਦੇ ਦਾ ਇੰਤਜ਼ਾਮ ਹੋਇਆ, ਇਬਰਾਹੀਮ ਦੀਆਂ ਧੀਆਂ ਕਬਰੇ 'ਚ ਆਈਆਂ, ਆਖਰੀ ਅਜ਼ਾਦਾਰ ਤਾਈਂ ਹਾਏ ਕਰੇ, ਛੋਟੀ ਧੀ ਦੀ ਨਜ਼ਰ ਹੁਸੈਨ ਦੀ ਧੀ ਦੇ ਮੂੰਹ 'ਤੇ ਪਈਏ, ਬੇਬਸ ਮੂੰਹ 'ਚੋਂ ਨਿਕਲੇ ਹਾਏ ਸਕੀਨਾ। ਮੈਂ ਬਿਸਮਿਲਾ ਕਰਾਂ, ਬਹਿਰ ਆਈਆਂ ਪਿਓਆ ਦੇ ਗਈਆਂ ਜੋ ਹੋ, ਗੱਲ ਹੀ ਰੋਵਣ ਵਾਲੀ ਦੇ ਬਾਅਦ ਪਹਿਲਾਂ ਵੇਣ, ਗਈਆਂ ਜੋ ਹੋ, ਮੈਂ ਕੋ ਅੱਲਾ ਦੇ ਨਾਂ 'ਤੇ ਦੱਸੋ, ਕਬਰ ਦੇ ਵਿੱਚ ਹੁਸੈਨ ਦੀ ਧੀ ਕਫਨ ਪਾਤੀ ਪਈ ਹੈ ਜਾਂ ਕੋਈ ਨਾ? ਪਿਓ ਦੋ ਦੇਖ ਕੇ ਅਗਰ ਤੂੰ ਕਫਨ ਦਾ ਪੁੱਛਦਾ ਹੈ ਬਾਬਾ, ਮੈਂ ਡਿੱਠੀਆਂ ਬਹੁ ਬੇਵਸੀਆਂ ਹੈ, ਜਿਹੜੀ ਛੋਟੀ ਕਹਿ ਦੇਣਾ ਹੁਲ ਗਈ ਹਈਆ, ਉਹਦੇ ਗੱਲ ਵਿੱਚ ਹੁਣ ਤਾਈਂ ਰਸੀਆਂ ਬਲੋ ਵੇ ਅੱਲਾਹ ਕਬੂਲ ਫਰਮਾਵੇ ਨੌਕਰਾਂ, ਜਿਹੜੀ ਛੋਟੀ ਕਹਿ ਦੇਣਾ ਹੁਲ ਗਈ ਹਈਆ, ਉਹਦੇ ਗੱਲ ਵਿੱਚ ਹੁਣ ਤਾਈਂ ਰਸੀਆਂ ਹੈ, ਚਡਾ ਕੇ ਨੇ ਬਾਬਾ ਉਹਦੇ ਗੱਲ ਰਸੀਆਂ, ਆਦੇ ਜਲਦੀ ਵੰਜੋ ਬੀਬੀ ਕੋ ਆਖੋ ਤੇਰੀਆਂ ਰਸੀਆਂ ਖੁੱਲੇ ਨੇ, ਕੱਲ ਤੇਰਾ ਸਫ਼ਰ ਏ, ਕੱਲ ਤੇਰਾ ਸਫ਼ਰ ਏ, ਤਾਰੀਖ ਦੇ ਮੁਤਾਬਿਕ 28 ਮੁਹਰਮ ਤੇ ਤੇਰਾ ਸਫ਼ਰ, ਹੁਸੈਨ ਦੀ ਧੀ ਦੀ ਸ਼ਹਾਦਤ ਮਨਾਈ ਵੈਂਦੀ ਏ ਅੱਜ 13 ਦੀ ਰਾਤ ਏ, ਸਕੀਨਾ ਦੀ ਸ਼ਹਾਦਤ ਦੀ ਰਾਤ ਏ, ਆਖਰੀ ਬੰਦੇ ਤੇ ਮੁਕਾਨ ਸ਼ਾਮਿਲ ਹੋਵੀ, ਆਦਨ ਬੀਬੀ ਇਜਾਜ਼ਤ ਦੇ ਤੇਰੀਆਂ ਰਸੀਆਂ ਖੋਲੋ, ਬੀਬੀ ਦਾ ਮਈਆ ਤਾਂ ਹੱਲਾ ਏ, ਹੌਲੇ ਹੌਲੇ ਵੈਣਾ ਏ, ਨਾ ਖੋਲੀ ਰਸੀਆਂ ਭੈਣ ਮੈਡੀ, ਏ ਚਾਚੇ ਕੋਣ ਗਲੇ ਸਾਂ, ਜਿਹੜਾ ਰਾ ਸਾਰੇ ਵਿੱਚ ਮਾਰੀਆ ਨੇ, ਹਰ ਦਰਦ ਦਾ ਹਾਲਾ ਬਲਾਵੇ, ਅੱਲਾਹ ਕਬੂਲ ਫਰਮਾਵੇ, ਦੁਆ ਕਰੇ, ਖੈਰਾਤ ਮਿਲ ਗਈ ਏ, ਮੁਕਾਨ ਹੋ ਗਈ ਏ, ਦੇ ਦੱਖਣਾ ਚੰਦ ਬੰਦੇ ਜਿਨ੍ਹਾਂ ਹੁਣ ਤਾਈਂ ਹਾਏ ਨੇ ਕੀਤੀ, ਕੋਸ਼ਿਸ਼ ਕਰੇ ਨਾ ਮੈਂ ਲੱਜ ਪੜਾ ਸਾਰਿਆਂ ਦੀ ਹਾਏ ਨਿਕਲ ਵਣੇ, ਤੁਹਾਡੀ ਵੀ ਇਬਾਦਤ ਹੋਵੇ, ਮੇਰੀ ਵੀ ਇਬਾਦਤ ਹੋਵੇ, ਮੇਰਾ ਅੱਲਾ ਮੈਂ ਕੋ ਤਾਕਤ ਦੇਵੇ, ਮੇਰੀ ਜ਼ਬਾਨ 'ਚ ਅਸਰ ਦੇਵੇ, ਮੇਰੇ ਲਹਿਜੇ 'ਚ ਦਰਦ ਦੇਵੇ, ਮੈਂ ਪੜਾ ਤੇ ਇਹਨਾਂ ਦੀ ਹਾਏ ਨਿਕਲੇ, ਮੈਂ ਕੋ ਜ਼ਿਕਰ ਦੀ ਕਸਮ ਏ, ਇਬਰਾਹੀਮ ਦੀਆਂ ਧੀਆਂ ਦੀ ਨਜ਼ਰ ਪਈਏ, ਹੁਸੈਨ ਦੀ ਧੀ ਦੇ ਪੇਰ ਜ਼ਖਮੀ ਹੈ, ਆਦਨ ਬੀਬੀ ਇਹ ਦੱਸਾਂ ਪੇਰ ਕਿਵੇਂ ਜ਼ਖਮੀ ਤਾਂ, ਸਾਰੇ ਸਰ ਦਾ ਮਾਤਮ ਕਰੇ, ਰੋ ਕੇ ਆਦੀਏ, ਚਾਚੇ ਦੇ ਟੁਰਨ ਦੀ ਦੇਰ ਆਈ, ਮੈਂ ਕੋ ਨੌ ਨੌ ਮੀਲ ਟੁਰਾਇਆ ਲੈ, ਉਹ ਜਿੱਦਾਂ ਥੱਕ ਕੇ ਮੈਂ ਬੈ ਬਣਿਆ, ਮੈਂ ਕੋ ਘੋੜਿਆਂ ਨਾਲ, ਬਿਸਮਿਲਲਾ ਨੌਕਰਾਂ, ਖੈਰਾਤ ਮਿਲ ਗਈ, ਮੁਕਾਨ ਹੋ ਗਈ, ਹਰ ਬੰਦਾ ਰੋ ਪੀਏ, ਵਕਤ ਆਉਂਦਾ ਸਮਝਾ ਕੇ ਪੜਾ, ਬਜ਼ੁਰਗੋ ਦੁਆ ਫਰਮਾਓ, ਕਿਆ ਪਤਾ ਕਈ ਦੇ ਪਾਸੇ ਨਾਲ ਸਜਾਦ ਰਾਤ ਬੈਠੇ ਰੋਂਦੇ ਹੋਏ, ਅਗਲੀ ਸਤਰ ਬੜੀ ਔਖੀ ਏ, ਮੇਰਾ ਦਿਲ ਮੈਂ ਸਮਝਾ ਕੇ ਪੜਾ, ਹੁਣ ਮੇਰੀ ਗੱਲ ਉਹਨਾਂ ਬੰਦਿਆਂ ਨਾਲ ਏ, ਜਿੰਨੇ ਦੀਆਂ ਛੋਟੀਆਂ ਧੀਆਂ, ਸਯਾਦਾਂ ਮੌਲਾ ਦਾ ਜ਼ਾਕਿਰਾਂ, ਮੌਲਾ ਦਾ ਜ਼ਵਾਰਾਂ, ਝੋਲੀ ਚਾ ਕੇ ਦੁਆ ਮੰਗਦਾ, ਮੌਲਾ ਤੁਹਾਡੇ ਧੀਆਂ ਦੇ ਨਸੀਬ ਨੇ ਕਰੇ, ਮਾਇਆ ਦਾ ਰਾਣਾ ਪੁੱਤਰ ਪਿਓ ਦੇ ਨਾਲ ਬੋਲੇਂਦੇ ਢੇਰੇ ਲਾਏ, ਪੁੱਤਰ ਪਿਓ ਨਾਲ ਬੋਲੇਂਦੇ ਢੇਰੇ ਲਾ, ਧੀਆਂ ਪਿਓ ਨਾਲ ਬੋਲੇਂਦੀਆਂ ਖਾਟੇ ਨੂੰ, ਪਿਓ ਦੋ ਦੇਦੀਆਂ ਢੇਰੇ ਲਾ, ਪਿਓ ਜੋ ਘਰ ਜਾਵੇ ਪੁੱਤਰ ਹਾਲ ਵੰਡੇ ਲੈ, ਧੀਆਂ ਵੱਖਰੀਆਂ ਮੰਜਵਾ ਲੈਣ, ਪਿਓ ਦੇ ਮੂੰਹ ਦੋ ਦੇ ਦੇਣ, ਆਖਰੀ ਬੰਦੇ ਤੇ ਮਾਤਮ ਕਰਾਇਆ, ਰੋਵਣ ਵਾਲੇ ਹੋ, ਇਬਰਾਹੀਮ ਦੀਆਂ ਧੀਆਂ ਦੀ ਨਜ਼ਰ ਪਈਏ, ਹੁਸੈਨ ਦੀ ਧੀ ਦਾ ਮੂੰਹ ਜ਼ਖਮੀ ਆ, ਆਦਨ ਬੀਬੀ ਤੇਰਾ ਮੂੰਹ ਕਿਵੇਂ ਜ਼ਖਮੀ ਤਾਇਆ, ਆਖਰੀ ਬੰਦੇ ਤੇ ਮਾਤਮ ਕਰਾਇਆ, ਬੀਬੀ ਰੋ ਕੇ ਆਦੀਏ,